alles ist mir geduter! Nein, nein! Alles ist mir geduter! Nein, nein! Rajiv Gandhi ਦੇ ਬੁੱਤ ਤੋਂ ਬਾਅਦ ਹੁਣ ਮਹਾਤਮਾ ਗਾਂਧੀ ਦੀ ਤਸਵੀਰ ਦਾ ਮੁੱਦਾ ਵੀ ਕਾਫੀ ਗਰਮਾਉਂਦਾ ਜਾ ਰਿਹਾ ਹੈ। ਮਹਾਤਮਾ ਗਾਂਧੀ ਦੀ ਤਸਵੀਰ ਉੱਤੇ ਏਅਰਗਨ ਨਾਲ ਗੋਲੀ ਚਲਾਉਣ ਦੇ ਰੋਸ ਵਜੋਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਸੈਕਟਰ 15 ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਧਰਨਾ ਦਿੱਤਾ ਹੈ। ਇਸ ਧਰਨੇ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਭਾਈਚਾਰਾ ਖਰਾਬ ਕਰ ਰਹੀ ਹੈ। ਇੰਨਾ ਹੀ ਨਹੀਂ, ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਗਰੀਬ ਕਿਸਾਨਾਂ ਨੂੰ ਪ੍ਰਤੀ ਸਾਲ 6000 ਰੁਪਏ ਦੇਣਾ ਇੱਕ ਕੋਝਾ ਮਜ਼ਾਕ ਹੈ। ਦੇਖੋ, ਪ੍ਰੋਟੈਸਟ ਇਹ ਹੈ ਕਿ ਵੀ ਇਹ ਤਾਂ ਦੇਸ਼ ਦੀ ਏਕਤਾ ਦੇ ਖੰਡਤਾ ਨੂੰ ਲੈ ਕੇ ਰੱਖਿਆ ਗਿਆ ਹੈ। ਜੋ ਇਹਨਾਂ ਨੇ ਕੱਲ੍ਹ ਯੂਪੀ ਦੇ ਵਿੱਚ ਸ਼ਰਾਰਤ ਕੀਤੀ ਹੈ, ਉੱਥੇ ਇੱਕ ਜਿਹੜਾ ਮੈਂ ਕਹਿੰਦਾ ਵੀ ਕਾਤਲ ਸੀਗਾ ਉਹਨੂੰ ਸਨਮਾਨਿਤ ਕਰਕੇ ਇਹਨਾਂ ਨੇ ਬਹੁਤ ਮੰਦਭਾਗੀ ਗੱਲ ਕੀਤੀ ਹੈ ਔਰ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ, ਜਿਹਨੂੰ ਕੋਈ ਸਾਡੇ ਹਿੰਦੁਸਤਾਨ ਕੀ ਕਾਂਗਰਸ ਕੀ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵੀ ਇਹ ਇਹਨਾਂ ਦੀ ਜਿਹੜੀ ਆਖਰੀ ਕਿੱਲ ਸਾਬਤ ਹੋਊਗਾ, ਜਿਹੜੇ ਅਜੇ ਜਿਹੜੇ ਫੈਸਲੇ ਲੈਂਦੇ ਨੇ ਮੋਦੀ ਵਰਗੇ ਜਾਂ ਆਰਐਸਐਸ ਵਾਲੇ ਲੈਂਦੇ ਨੇ, ਜਿਨ੍ਹਾਂ ਨੇ ਹਿੰਦੁਸਤਾਨ ਦਾ ਵਾਤਾਵਰਨ ਖਰਾਬ ਕੀਤਾ, ਅਸੀਂ ਉਹਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ ਔਰ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਤਿਆਰ ਬੈਠੇ ਨੇ। ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ CBI ਖਿਲਾਫ਼ ਧਰਨੇ ਦੇਣ ਨੂੰ ਉਹਨਾਂ ਜਾਇਜ਼ ਠਹਿਰਾਇਆ। ਬਲਵੀਰ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਸਰਕਾਰੀ ਅਦਾਰਿਆਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਦੀ ਹੈ ਜੋ ਗੈਰ ਕਾਨੂੰਨੀ ਹੈ। ਮਹਾਤਮਾ ਗਾਂਧੀ ਦੀ ਇਸ ਤਸਵੀਰ ਦੇ ਮਾਮਲੇ 'ਤੇ ਸਿਆਸਤ ਗਰਮਾਉਣ ਵਾਲੀ ਹੈ। ਵੇਖਣਾ ਹੋਵੇਗਾ ਕਿ ਇਸ ਮਾਮਲੇ 'ਤੇ ਹੋਰ ਕਿਹੜੀਆਂ ਕਿਹੜੀਆਂ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।